ਸਤਿ ਸ਼੍ਰੀ ਅਕਾਲ ਦੋਸਤੋ, ਹੈਪੀ ਸਮਾਚਾਰ 'ਚ ਤੁਹਾਡੇ ਸਾਰਿਆਂ ਦਾ ਵੈਲਕਮ ਹੈ। ਦੋਸਤੋ, 12th ਫੇਲ ਮੂਵੀ ਦੇ ਵਿੱਚ 12th ਫੇਲ ਬੰਦਾ IPS ਆਫਿਸਰ ਲੱਗ ਗਿਆ ਸੀ, ਪਰ ਦੋਸਤੋ ਇੱਥੇ 12ਵੀਂ ਪਾਸ ਬੰਦੇ ਨੂੰ ਪੁਲਿਸ ਵਾਲੇ ਨੇ ਕਾਬੂ ਕਰ ਲਿਆ। ਕਿਉਂ ਕੀਤਾ ਮੈਂ ਤੁਹਾਨੂੰ ਦੱਸ ਦਿੰਦਾ। ਸਾਡੇ ਐਕਸ-CM ਚਰਨਜੀਤ ਸਿੰਘ ਚੰਨੀ ਜੀ ਨੂੰ ਇਸ ਬੰਦੇ ਨੇ ਫੋਨ 'ਤੇ ਧਮਕੀ ਦਿੱਤੀ ਸੀ ਅਤੇ 2 ਕਰੋੜ ਰੁਪਏ ਮੰਗੇ ਸੀ। ਹੁਣ ਮੈਂ ਇਸ ਬੰਦੇ ਨੂੰ ਪੁੱਛਣਾ ਚਾਹੁੰਦਾ ਕਿ ਇੰਨੇ ਪੈਸੇ ਮੰਗ ਰਿਹਾ ਤੂੰ ਚੰਨੀ ਸਾਹਿਬ ਨੂੰ ਪਲਾਟ ਵੇਚਿਆ ਸੀ? ਸੋ ਉਸ ਤੋਂ ਬਾਅਦ ਦੋਸਤੋ ਪੁਲਿਸ ਨੇ ਇਸ ਬੰਦੇ ਨੂੰ ਨਾਗਪੁਰ ਤੋਂ ਕਾਬੂ ਕਰ ਲਿਆ। ਸੋ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਜੀ ਦਾ ਬਿਆਨ ਆਇਆ ਕਿ ਜਿਹੜਾ ਬੰਦਾ ਪੁਲਿਸ ਨੇ ਫੜਿਆ ਉਹ ਤਾਂ ਬੰਦਾ ਹੀ ਹੈ ਨਹੀਂ। ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਇਹ ਬੰਦਾ ਫੜ ਕੇ ਲਿਆਏ ਆ, ਨਾਗਪੁਰ ਤੋਂ ਫੜ ਕੇ ਲਿਆਂਦਾ ਮਹਾਰਾਸ਼ਟਰ ਦਾ ਬੰਦਾ, ਗੈਰ ਪੰਜਾਬੀ ਬੰਦਾ ਹੈ, ਲੇਕਿਨ ਜਿਹਨੇ ਮੈਨੂੰ ਧਮਕੀ ਦਿੱਤੀ ਸੀ ਔਰ ਮੇਰੀ ਉਹਦੇ ਨਾਲ ਕਈ ਵਾਰ ਗੱਲ ਹੋਈ ਹੈ, ਉਹਦੇ ਮੈਸੇਜ ਵੀ ਆਏ ਹੈ, ਉਹ ਪਿਓਰ ਪੰਜਾਬੀ ਬੰਦਾ ਬੋਲਦਾ ਸੀ, ਠੇਠ ਪੰਜਾਬੀ ਬੰਦਾ ਬੋਲਦਾ ਸੀ, ਅਤੇ ਜਿਹੜੇ ਉਹਨੇ ਮੈਸੇਜ ਮੈਨੂੰ ਕੀਤੇ ਉਹ ਵੀ ਠੇਠ ਪੰਜਾਬੀ ਦੇ ਵਿੱਚ ਸੀ। ਇਸ ਦੇ ਨਾਲ ਚੰਨੀ ਸਾਹਿਬ ਨੇ ਇਹ ਵੀ ਕਿਹਾ ਕਿ ਉਹ ਚਿਹਰਾ ਪੜ੍ਹ ਕੇ ਦੱਸ ਦਿੰਦੇ ਨੇ ਕਿ ਬੰਦਾ ਕਿਹੜੀ ਸਟੇਟ ਦਾ, ਕਿਹੜੀ ਬੋਲੀ ਬੋਲਦਾ ਜਾਂ ਕਿਹੜੀ ਬਰਾਦਰੀ ਦਾ। ਯਾਨੀ ਕਿ ਦੋਸਤੋ ਚੰਨੀ ਸਾਹਿਬ ਦੇ ਬਹੁਤ ਸਾਰੇ ਕੰਮਾਂ ਦੇ ਵਿੱਚੋਂ ਇਹ ਵੀ ਇੱਕ ਕੰਮ ਨਿਕਲਿਆ ਕਿ ਚੰਨੀ ਸਾਹਿਬ ਚਿਹਰਾ ਵੀ ਪੜ੍ਹ ਲੈਂਦੇ ਨੇ। ਮੈਂ ਤਾਂ ਕਹਿੰਦਾ ਕਿ ਚੰਨੀ ਸਾਹਿਬ ਅੰਤਰੀਆਂ ਵੀ ਨਿਕਲੇ। ਸੋ 2-3 ਦਿਨ ਜੇ ਅਗਰ ਪੁਲਿਸ ਵੇਟ ਕਰ ਲੈਂਦੀ, ਮੈਨੂੰ ਲੱਗਦਾ ਚੰਨੀ ਸਾਹਿਬ ਨੇ ਧਮਕੀ ਦੇਣ ਵਾਲੇ ਨੂੰ ਆਪ ਹੀ ਫੜ ਲੈਣਾ ਸੀ। ਮੈਨੂੰ ਲੱਗਦਾ ਦੋਸਤੋ ਜਦੋਂ ਪੁਲਿਸ ਨੇ ਇਸ ਬੰਦੇ ਨੂੰ ਫੜਿਆ ਹੋਣਾ ਤੇ ਚਰਨਜੀਤ ਸਿੰਘ ਚੰਨੀ ਨੇ ਫਿਰ ਪੁਲਿਸ ਨੂੰ ਇਹੀ ਕਿਹਾ ਹੋਣਾ। ਕਿਆ ਸਮਝ ਕਰ ਆਏ ਥੇ ਕਿ ਸਰਦਾਰ ਬਹੁਤ ਖੁਸ਼ ਹੋਗਾ। ਦੋਸਤੋ ਚੰਨੀ ਸਾਹਿਬ ਕੁਝ ਹੋਰ ਕਹਿ ਰਹੇ ਨੇ, ਪੁਲਿਸ ਕੁਝ ਹੋਰ ਕਹਿ ਰਹੀ ਹੈ। ਸੋ ਜਿਹੜਾ ਬੰਦਾ ਫੜਿਆ ਉਹ ਕੀ ਕਹਿ ਰਿਹਾ ਉਹ ਤਾਂ ਦੋਸਤੋ ਪੂਰੀ ਇਨਕੁਆਇਰੀ ਤੋਂ ਬਾਅਦ ਹੀ ਪਤਾ ਲੱਗੇਗਾ। ਬਾਕੀ ਦੋਸਤੋ ਪੰਜਾਬ ਪੁਲਿਸ ਤੁਹਾਨੂੰ ਪਤਾ ਹੀ ਹੈ ਕਿ ਆਪਦੀ ਆਈ ਤੇ ਆ ਜੇ ਇਹ ਤਾਂ ਫਿਰ ਗੂੰਗਿਆਂ ਨੂੰ ਵੀ ਬੋਲਣ ਲਾ ਦਿੰਦੀ ਹੈ। ਮੈਚੋਰ ਕਿਟੀ ਆਪ ਪਲੀਜ਼ ਪਲੀਜ਼ ਆ ਕਨਫੈਸ ਐਨੀ ਜਸਟ ਸੇਵ ਮੀ ਫਰਮ ਦ ਪੰਜਾਬ ਪੁਲਿਸ। ਸਤਿ ਸ਼੍ਰੀ ਅਕਾਲ ਦੋਸਤੋ, ਹੈਪੀ ਸਮਾਚਾਰ 'ਚ ਤੁਹਾਡੇ ਸਾਰਿਆਂ ਦਾ ਵੈਲਕਮ ਹੈ। ਦੋਸਤੋ 12th ਫੇਲ ਮੂਵੀ ਦੇ ਵਿੱਚ 12th ਫੇਲ ਬੰਦਾ IPS ਆਫਿਸਰ ਲੱਗ ਗਿਆ ਸੀ, ਪਰ ਦੋਸਤੋ ਇੱਥੇ 12ਵੀਂ ਪਾਸ ਬੰਦੇ ਨੂੰ ਪੁਲਿਸ ਵਾਲੇ ਨੇ ਕਾਬੂ ਕਰ ਲਿਆ। ਕਿਉਂ ਕੀਤਾ ਮੈਂ ਤੁਹਾਨੂੰ ਦੱਸ ਦਿੰਦਾ। ਸਾਡੇ ਐਕਸ-CM ਚਰਨਜੀਤ ਸਿੰਘ ਚੰਨੀ ਜੀ ਨੂੰ ਇਸ ਬੰਦੇ ਨੇ ਫੋਨ 'ਤੇ ਧਮਕੀ ਦਿੱਤੀ ਸੀ ਅਤੇ 2 ਕਰੋੜ ਰੁਪਏ ਮੰਗੇ ਸੀ। ਹੁਣ ਮੈਂ ਇਸ ਬੰਦੇ ਨੂੰ ਪੁੱਛਣਾ ਚਾਹੁੰਦਾ ਕਿ ਇੰਨੇ ਪੈਸੇ ਮੰਗ ਰਿਹਾ ਤੂੰ ਚੰਨੀ ਸਾਹਿਬ ਨੂੰ ਪਲਾਟ ਵੇਚਿਆ ਸੀ? ਸੋ ਉਸ ਤੋਂ ਬਾਅਦ ਦੋਸਤੋ ਪੁਲਿਸ ਨੇ ਇਸ ਬੰਦੇ ਨੂੰ ਨਾਗਪੁਰ ਤੋਂ ਕਾਬੂ ਕਰ ਲਿਆ। ਸੋ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਜੀ ਦਾ ਬਿਆਨ ਆਇਆ ਕਿ ਜਿਹੜਾ ਬੰਦਾ ਪੁਲਿਸ ਨੇ ਫੜਿਆ ਉਹ ਤਾਂ ਬੰਦਾ ਹੀ ਹੈ ਨਹੀਂ। ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਇਹ ਬੰਦਾ ਫੜ ਕੇ ਲਿਆਏ ਆ, ਨਾਗਪੁਰ ਤੋਂ ਫੜ ਕੇ ਲਿਆਂਦਾ ਮਹਾਰਾਸ਼ਟਰ ਦਾ ਬੰਦਾ, ਗੈਰ ਪੰਜਾਬੀ ਬੰਦਾ ਹੈ, ਲੇਕਿਨ ਜਿਹਨੇ ਮੈਨੂੰ ਧਮਕੀ ਦਿੱਤੀ ਸੀ ਔਰ ਮੇਰੀ ਉਹਦੇ ਨਾਲ ਕਈ ਵਾਰ ਗੱਲ ਹੋਈ ਹੈ, ਉਹਦੇ ਮੈਸੇਜ ਵੀ ਆਏ ਹੈ, ਉਹ ਪਿਓਰ ਪੰਜਾਬੀ ਬੰਦਾ ਬੋਲਦਾ ਸੀ, ਠੇਠ ਪੰਜਾਬੀ ਬੰਦਾ ਬੋਲਦਾ ਸੀ, ਅਤੇ ਜਿਹੜੇ ਉਹਨੇ ਮੈਸੇਜ ਮੈਨੂੰ ਕੀਤੇ ਉਹ ਵੀ ਠੇਠ ਪੰਜਾਬੀ ਦੇ ਵਿੱਚ ਸੀ। ਇਸ ਦੇ ਨਾਲ ਚੰਨੀ ਸਾਹਿਬ ਨੇ ਇਹ ਵੀ ਕਿਹਾ ਕਿ ਉਹ ਚਿਹਰਾ ਪੜ੍ਹ ਕੇ ਦੱਸ ਦਿੰਦੇ ਨੇ ਕਿ ਬੰਦਾ ਕਿਹੜੀ ਸਟੇਟ ਦਾ, ਕਿਹੜੀ ਬੋਲੀ ਬੋਲਦਾ ਜਾਂ ਕਿਹੜੀ ਬਰਾਦਰੀ ਦਾ। ਯਾਨੀ ਕਿ ਦੋਸਤੋ ਚੰਨੀ ਸਾਹਿਬ ਦੇ ਬਹੁਤ ਸਾਰੇ ਕੰਮਾਂ ਦੇ ਵਿੱਚੋਂ ਇਹ ਵੀ ਇੱਕ ਕੰਮ ਨਿਕਲਿਆ ਕਿ ਚੰਨੀ ਸਾਹਿਬ ਚਿਹਰਾ ਵੀ ਪੜ੍ਹ ਲੈਂਦੇ ਨੇ। ਮੈਂ ਤਾਂ ਕਹਿੰਦਾ ਕਿ ਚੰਨੀ ਸਾਹਿਬ ਅੰਤਰੀਆਂ ਵੀ ਨਿਕਲੇ। ਸੋ 2-3 ਦਿਨ ਜੇ ਅਗਰ ਪੁਲਿਸ ਵੇਟ ਕਰ ਲੈਂਦੀ, ਮੈਨੂੰ ਲੱਗਦਾ ਚੰਨੀ ਸਾਹਿਬ ਨੇ ਧਮਕੀ ਦੇਣ ਵਾਲੇ ਨੂੰ ਆਪ ਹੀ ਫੜ ਲੈਣਾ ਸੀ। ਮੈਨੂੰ ਲੱਗਦਾ ਦੋਸਤੋ ਜਦੋਂ ਪੁਲਿਸ ਨੇ ਇਸ ਬੰਦੇ ਨੂੰ ਫੜਿਆ ਹੋਣਾ ਤੇ ਚਰਨਜੀਤ ਸਿੰਘ ਚੰਨੀ ਨੇ ਫਿਰ ਪੁਲਿਸ ਨੂੰ ਇਹੀ ਕਿਹਾ ਹੋਣਾ। ਕਿਆ ਸਮਝ ਕਰ ਆਏ ਥੇ ਕਿ ਸਰਦਾਰ ਬਹੁਤ ਖੁਸ਼ ਹੋਗਾ। ਦੋਸਤੋ ਚੰਨੀ ਸਾਹਿਬ ਕੁਝ ਹੋਰ ਕਹਿ ਰਹੇ ਨੇ, ਪੁਲਿਸ ਕੁਝ ਹੋਰ ਕਹਿ ਰਹੀ ਹੈ। ਸੋ ਜਿਹੜਾ ਬੰਦਾ ਫੜਿਆ ਉਹ ਕੀ ਕਹਿ ਰਿਹਾ ਉਹ ਤਾਂ ਦੋਸਤੋ ਪੂਰੀ ਇਨਕੁਆਇਰੀ ਤੋਂ ਬਾਅਦ ਹੀ ਪਤਾ ਲੱਗੇਗਾ। ਬਾਕੀ ਦੋਸਤੋ ਪੰਜਾਬ ਪੁਲਿਸ ਤੁਹਾਨੂੰ ਪਤਾ ਹੀ ਹੈ ਕਿ ਆਪਦੀ ਆਈ ਤੇ ਆ ਜੇ ਇਹ ਤਾਂ ਫਿਰ ਗੂੰਗਿਆਂ ਨੂੰ ਵੀ ਬੋਲਣ ਲਾ ਦਿੰਦੀ ਹੈ। ਮੈਚੋਰ ਕਿਟੀ ਆਪ ਪਲੀਜ਼ ਪਲੀਜ਼ ਆ ਕਨਫੈਸ ਐਨੀ ਜਸਟ ਸੇਵ ਮੀ ਫਰਮ ਦ ਪੰਜਾਬ ਪੁਲਿਸ।